ਸਿੰਘ ਸਾਨੂੰ ਵਜੈਬ ਸਿੰਘ ਪਿੰਡ ਪੱਤੋ ਹੀਰਾ ਸਿੰਘ। ਅਸੀਂ ਆ ਜੋ ਪਿੱਛੇ ਦੇਖ ਰਿਹਾ ਖੇਤ ਸਾਰਾ ਦੀਂਦਾ ਹੈਗਾ, ਅਸੀਂ 7-8 ਸਾਲਾਂ ਤੋਂ ਅੱਗ ਨਹੀਂ ਲਾ ਰਹੇ ਇਹਦੇ ਵਿੱਚ। ਤੇ ਮੈਂ ਕਿਸਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਜਿੰਨਾ ਹੋ ਸਕਦਾ ਵੀ ਆਪਾਂ ਨਾ ਅੱਗ ਲਾਈਏ, ਇਹਦੇ ਨਾਲ ਜੋ ਮਿੱਤਰ ਕੀੜੇ ਆ ਉਹ ਮਰ ਜਾਂਦੇ ਆ, ਬਾਕੀ ਫਸਲ ਦੀ ਉਪਜ ਘਟਦੀ ਆ। ਤੇ ਇਹਦਾ ਕਰਕੇ ਵੀ ਆਪਾਂ ਨੂੰ ਵੀ ਸਾਰਿਆਂ ਨੂੰ ਐਂ ਚਾਹੀਦਾ ਵੀ ਅੱਗ ਨਹੀਂ ਲਾਉਣੀ ਚਾਹੀਦੀ। ਤੇ ਬਾਈ ਜੀ, ਜਿਵੇਂ ਬਾਕੀ ਕਿਸਾਨ ਅੱਗ ਲਾ ਦਿੰਦੇ ਆ, ਤੁਸੀਂ ਅੱਗ ਲਾਉਂਦੇ ਨਹੀਂ, ਤੇ ਕੋਈ ਇਹਦੇ ਨਾਲ ਝਾੜ ਤੇ ਵੀ ਫਰਕ ਪੈਂਦਾ? ਨਹੀਂ, ਝਾੜ ਤਾਂ ਚੰਗਾ ਹੀ ਹੁੰਦਾ ਜੀ। ਅਸੀਂ ਆਲੂ ਵੀ ਲਾਉਣੇ ਆ, ਕਣਕ ਝੋਨਾ ਵੀ ਲਾਉਣੇ ਆ, ਤੇ ਆਲੂ ਦੀ ਫਸਲ ਤੋਂ ਬਾਅਦ ਮੱਕੀ ਮੂੰਗੀ ਲਾਉਣੇ ਆ, ਉਹਦੇ ਜਿਹੜਾ ਹੁੰਦਾ ਰਹਿੰਦ ਖੂੰਹਦ ਉਹਨੂੰ ਵੀ ਅੱਗ ਲਾਉਂਦੇ ਅਸੀਂ, ਉਹ ਵੀ ਵਿੱਚ ਹੀ ਪਾਉਣੇ ਆ। ਇਹ ਤਾਂ ਮਤਲਬ ਵੀ ਇੱਕ ਅਫਵਾਹ ਹੀ ਹੈਗੀ ਆ ਵੀ ਜਿਹੜੇ ਬੰਦੇ ਕਹਿੰਦੇ ਵੀ ਛੇਤੀ ਦਿਨੇ ਅੱਗ ਲਾਓ ਵੀ ਆਪਾਂ ਆਲੂ ਬੀਜਣੇ, ਆਲੂ ਬੀਜਣ ਨੂੰ ਵਧੀਆ ਟਾਈਮ ਮਿਲ ਜਾਂਦਾ? ਹਾਂਜੀ, ਅਸੀਂ ਜੇ ਅੱਜ ਝੋਨਾ ਵੱਢਦੇ ਹਾਂ ਜੀ ਤੇ 4 ਦਿਨਾਂ ਬਾਅਦ ਅਸੀਂ ਆਲੂ ਬੀਜ ਸਕਦੇ ਹਾਂ ਇਹਦੇ ਵਿੱਚ। ਜੇ ਆਪਾਂ ਪਰਾਲੀ ਨੂੰ ਅੱਗ ਲਾਉਣੇ ਆ ਤਾਂ ਹਫ਼ਤਾ ਹਫ਼ਤਾ ਸੁੱਕਦੀ ਨਹੀਂ ਉਹ। ਇਹਦਾ ਮਤਲਬ ਇਹ ਆ ਵੀ ਜੇ ਆਪਾਂ ਆਲੂ ਵੀ ਬੀਜਣੇ ਤਾਂ ਵੀ ਆਪਾਂ ਨੂੰ ਉਹ ਅੱਗ ਨਹੀਂ ਲਾਉਣੀ ਚਾਹੀਦੀ? ਹਾਂਜੀ ਹਾਂਜੀ, ਆਲੂ ਦਾ ਵਾਹਣ ਤਾਂ ਛੇਤੀ ਤਿਆਰ ਹੁੰਦਾ ਜੀ, ਪਲਾਓ ਕਰਕੇ ਮਗਰ ਹੀ ਤੇ ਬਾ ਰੂਟਾਵੇਟਰ ਮਾਰ ਕੇ ਆਪਾਂ ਆਲੂ ਬੀਜ ਸਕਦੇ ਹਾਂ ਜੀ। ਤੇ ਜਿਹੜੇ ਆ ਤੁਸੀਂ ਬਿਨਾ ਉਹਦੇ ਤੋਂ ਅੱਗ ਲਾਏ ਤੋਂ ਕੀਤੀ ਆ ਤੁਸੀਂ ਬਿਜਾਈ ਕੀਤੀ ਆ? ਹਾਂਜੀ ਹਾਂਜੀ। ਤੇ ਇਹਦੇ ਵਿੱਚ ਖਾਦਾਂ ਸਪਰੇਆਂ ਵੀ ਘੱਟ? ਖਾਦਾਂ ਹਾਂਜੀ ਘੱਟਦੀਆਂ ਜੀ, ਖਾਦਾਂ ਵੀ ਘੱਟਦੀਆਂ ਤੇ ਸਪਰੇਆਂ ਦੇ ਵੀ ਘੱਟਦੀ, ਕਿਉਂ ਜਿਹੜੇ ਤੱਤ ਹੁੰਦੇ ਆ ਸਾਰੇ ਜਿੰਨੇ ਆਪਾਂ ਨੂੰ ਤੱਤ ਉਹਨੇ ਪਾ ਨਹੀਂ ਸਕਦੇ, ਜਿੰਨੇ ਵੀ ਸੂਖਮ ਤੱਤ ਹੁੰਦੇ ਆ ਸਾਰੇ ਆਪਾਂ ਨੂੰ ਪਰਾਲੀ ਚੋਂ ਮਿਲਦੇ ਆ। ਇਹ ਤੁਸੀਂ ਪਤਾ ਲੱਗਿਆ ਤੁਸੀਂ ਇਹ ਨੌਜਵਾਨ ਮੁੰਡਿਆਂ ਨੇ ਉੱਤਮ ਕਰਕੇ ਸਾਰਾ ਇਹ ਕੰਮ ਕੀਤਾ ਹੋਇਆ ਵਾ? ਹਾਂਜੀ ਹਾਂਜੀ, ਸੰਸਥਾ ਬਣਾਈ ਹੋਈ ਹੈ? ਹਾਂਜੀ, ਸਾਡਾ ਗਰੁੱਪ ਬਣਿਆ ਵਾ ਜੀ। ਜਿਵੇਂ ਹੁਣ ਮੈਂ ਨਾਲ ਦੇ ਮੁੰਡੇ ਨੂੰ ਜੀ ਕਿਹਾ, ਪਹਿਲੇ ਸਾਲ ਅਸੀਂ 2 ਮੁੰਡੇ ਸੀਗੇ, ਇੱਕ ਮੁੰਡਾ ਹੋਰ ਸੀਗਾ, ਅਸੀਂ ਅੱਗ ਨਹੀਂ ਲਾਈ, ਅਸੀਂ ਸਹੁੰ ਖਾਲੀ ਸੀ ਵੀ ਅੱਗ ਨਹੀਂ ਲਾਉਣੀ। ਹੁਣ ਨਾਲ ਮੁੰਡੇ ਦੇਖੋ ਦੇਖ ਹੋਰ ਵੀ ਜਿਹੜੇ ਹੈ ਗਰੁੱਪ ਦੇ ਸਾਡੇ, ਉਹਨਾਂ ਨੂੰ ਵੀ ਅਸੀਂ ਕਹਿਣੇ ਆ ਤੇ ਉਹ ਵੀ ਅੱਗ ਲਾਉਣੋਂ ਹਟ ਗਏ ਜੀ, ਹੌਲੀ ਹੌਲੀ ਯਾਨੀ ਕਿ ਫਰਕ ਪਈ ਜਾਂਦਾ ਜੀ। ਕੀ ਹੁਣ ਤੁਹਾਨੂੰ ਲੱਗਦਾ ਵਾ ਵੀ ਇਹ ਲੋਕ ਜਿਹੜਾ ਬਦਲਾਅ ਹੋ ਰਿਹਾ ਵਾ ਵੀ ਲੋਕ ਹੁਣ, ਪਹਿਲਾਂ ਤਾਂ ਐਂ ਕਰਦੇ ਸੀ ਅੱਗ ਲਾਉਂਦੇ ਸੀ ਆਪ ਕੰਮ ਖਤਮ ਹੋ ਗਿਆ? ਨਹੀਂ ਹਾਂਜੀ, ਹੁਣ ਜੀ ਬਹੁਤ ਫਰਕ ਪੈ ਰਿਹਾ ਅੱਗੇ ਨੂੰ, ਯਾਨੀ ਕਿ ਜਿਵੇਂ ਜਿਵੇਂ ਸਾਧਨ ਵਧੀ ਜਾਂਦੇ ਆ, ਸਹੂਲਤਾਂ ਵਧੀ ਜਾਂਦੀਆਂ ਤੇ ਅੱਗ ਲੋਕੀ ਘੱਟ ਕੇ ਲਾਉਣ। ਤੇ ਤੁਹਾਨੂੰ ਪਤਾ ਬਾਈ ਜੀ ਹਰੇਕ ਪਿੰਡ ਦੇ ਵਿੱਚ ਝੋਨੇ ਨੂੰ, ਝੋਨੇ ਦੀ ਪਰਾਲੀ ਨੂੰ ਸਾਂਭਣ ਵਾਸਤੇ ਸਾਡੇ ਕੋਲ ਵਾਧੂ ਜਿਹੜੀ ਮਸ਼ੀਨਰੀ ਵੀ ਪਈ ਆ। ਹਾਂਜੀ, ਕਿਸਾਨ ਉਹ ਕਰਦੇ ਨੀ, ਉਹਦੀ ਜ਼ਰੂਰਤ ਵਰਤੋਂ ਨਹੀਂ ਕਰਦੇ, ਉਹ ਜੇ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਬਸ ਜੀ ਵਰਤੋਂ ਜੇ ਆਪਾਂ ਨੂੰ ਗਵਰਨਮੈਂਟ ਨੇ ਫਾਇਦਾ ਦਿੱਤਾ ਤਾਂ ਉਹਦਾ ਲੈਣਾ ਚਾਹੀਦਾ, ਵਰਤੋਂ ਕਰਨੀ ਚਾਹੀਦੀ ਆ। ਬਾਕੀ ਅੱਧੇ ਬੰਦਿਆਂ ਨੂੰ, ਲੋਕਾਂ ਨੂੰ ਪਤਾ ਹੀ ਨਹੀਂ, ਇਹ ਡਰ ਵੀ ਆ ਜੀ ਇਹ ਗੱਲ ਦਾ ਵੀ ਜੇ ਪਰਾਲੀ ਆਪਾਂ ਵਿੱਚ ਵੀ ਬਾਹਲੀ ਨੁਕਸਾਨ ਨਾ ਹੋ ਜਾਏ, ਨਾ ਹੋ ਜੇ, ਜੇ ਉਹਨਾਂ ਨੂੰ ਮਾੜਾ ਮੋਟਾ ਆਪਾਂ ਨੂੰ ਪ੍ਰੇਰਿਆ ਜਾਵੇ ਯਾਨੀ ਉਹਨਾਂ ਨੂੰ, ਤੇ ਹੋਰ ਫਰਕ ਪੈ ਜੂਗਾ ਜੀ। ਕੀ ਡਰ ਕੀ ਹੁੰਦਾ ਉਹਨਾਂ ਦੇ ਮਨ 'ਚ? ਉਹਨਾਂ ਡਰ ਹੁੰਦਾ ਸਾਡਾ ਫਸਲ ਨਾ ਖਰਾਬ, ਸਾਡਾ ਵਾਹਣ ਨਾ ਖਰਾਬ ਹੋ ਜਾਈ ਜੇ ਵਿੱਚ ਪਰਾਲੀ ਰਲਾ ਲਈ, ਮੁੜ ਕੇ ਵਾਹਣ ਲੋਟ ਨਹੀਂ, ਕਣਕ ਬੀਜ ਨੇ ਕੁਛ ਵੀ ਕਰਨਾ ਹੈਗਾ। ਜਿਵੇਂ ਹੁਣ ਕਹਿੰਦੇ 2016-17 ਤੋਂ ਤੁਸੀਂ ਅੱਗ ਲਾਈ, ਹਾਂਜੀ ਹਾਂਜੀ, ਅਜਿਹੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਬਸ ਜੀ ਇਹੀ ਗੱਲ ਕਹਿੰਦਾ ਵੀ ਪਹਿਲਾਂ ਕੋਈ ਵੀ ਕੰਮ ਕਰਦੇ ਆਪਾਂ ਨਵਾਂ ਤਾਂ ਦਿੱਕਤ ਆਉਂਦੀ ਆ, ਜਿਉਂ ਜਿਉਂ ਆਪਾਂ ਕੰਮ ਕਰਨ ਲੱਗ ਜਾਂਦੇ ਆਪਾਂ ਸਿੱਖ ਜਾਂਦੇ ਉੱਧਰ, ਹਰੇਕ ਸਾਲ ਆਪਣਾ ਨਵਾਂ ਤਜਰਬਾ ਵੱਧਦਾ। ਪਹਿਲੇ ਸਾਲ ਅਸੀਂ ਵੀ ਥੋੜ੍ਹਾ ਔਖੇ ਹੋਏ ਸੀ, ਦੂਜੇ ਸਾਲ ਹੋਰ ਫਰਕ ਪੈ ਗਿਆ, ਹੁਣ ਐਵੇਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਕਿਸਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਤਾਂ ਇਹੀ ਕਹਿੰਦੇ ਜੀ ਵਾਤਾਵਰਨ ਬਚਾਓ ਤੇ ਅੱਗ ਨਾ ਲਾਓ, ਬਾਕੀ ਪਾਣੀ ਦੀ ਜਿਹੜੀ ਆਪਾਂ ਧਿਆਨ ਰੱਖੀਏ, ਵਰਤੋਂ ਜਿੰਨੀ ਕਰਨੀ ਆ ਸੰਜਮ ਨਾ ਕਰੀਏ, ਬਾਕੀ ਦਰਖਤ ਲਾਓ ਜੀ। ਤੁਹਾਨੂੰ ਡੀਸੀ ਸਾਹਿਬ ਖੁਦ ਪਰਸਨਲੀ ਆ ਕੇ ਮਿਲ ਕੇ ਗਏ ਆ? ਹਾਂਜੀ ਹਾਂਜੀ। ਤੇ ਕਿਸਾਨ ਉਹਨਾਂ ਨੇ ਤੁਹਾਨੂੰ ਇਹ ਵੀ ਕਿਹਾ ਵੀ ਜੇ ਤੁਸੀਂ ਅੱਗ ਨਾ ਲਾਓਗੇ ਜਾਂ ਤੁਹਾਡੇ ਨਾਲ ਦੇ ਜਿੰਨੇ ਵੀ ਹੋਰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਸਨਮਾਨ ਪੱਤਰ ਵੀ ਜਾਰੀ ਕਰਾਂਗੇ? ਹਾਂਜੀ ਹਾਂਜੀ ਹਾਂਜੀ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਬਹੁਤ ਵਧੀਆ ਜੀ, ਉਹਨੇ ਸੋਚ ਜੇ ਸਾਨੂੰ ਅੱਜ ਕਰਨਗੇ ਤੇ ਸਾਨੂੰ ਦੇਖ ਕੇ ਹੋਰ ਵੀ ਕਹਿਣਗੇ ਵੀ ਅਸੀਂ ਵੀ ਅੱਗ ਲਾਈਏ, ਸਾਨੂੰ ਅੱਗੇ ਕਈ ਥਾਵਾਂ ਤੋਂ ਸਨਮਾਨ ਤੇ ਜਣੀ ਮਿਲਿਆ ਸਾਨੂੰ। ਚਲੋ ਠੀਕ ਹੈ ਬਾਈ ਜੀ। ਹਾਂਜੀ ਠੀਕ ਹੈ ਜੀ।